ਪਿੰਡ ਮਨਸੂਰਪੁਰ ਦੇ ਵਿੱਚ ਗੋਲੀ ਚੱਲਣ ਤੋਂ ਬਾਅਦ ਜਦੋਂ ਰਾਣਾ ਭੱਜਿਆ ਰਾਣਾ ਗੈਂਗਸਟਰ ਮਨਸੂਰਪੁਰ ਵਾਲਾ ਜਦੋਂ ਭੱਜਿਆ ਤਾਂ ਉਸ ਦੀ ਸੀਸੀਟੀਵੀ ਜਿਹੜੀ ਉਹ ਤੁਹਾਡੇ ਨਾਲ ਸਾਂਝੀ ਕਰ ਰਹੇ ਆ ਦੇਖ ਸਕਦੇ ਹੋ ਕਿ ਕਿਵੇਂ ਗੋਲੀ ਮਾਰ ਕੇ ਉਥੋਂ ਜਿਹੜਾ ਰਾਣਾ ਉਹ ਭੱਜਿਆ ਜਾ ਰਿਹਾ ਤਾਂ ਜਦੋਂ ਸੀਆਈ ਸਟਾਫ ਦੀ ਟੀਮ ਨੂੰ ਇੱਕ ਸੂਚਨਾ ਮਿਲਦੀ ਹੈ ਕਿ ਰਾਣੇ ਮਨਸੂਰ ਕੋਲ ਇਲੀਗਲ ਵੈਪਨ ਨੇ ਤਾਂ ਉਦੋਂ ਜਿਹੜੀ ਸੀਆਈ ਸਟਾਫ ਦੀ ਟੀਮ ਹੈ ਉਹ ਪਿੰਡ ਮਨਸੂਰਪੁਰ ਵਿੱਚ ਪਹੁੰਚਦੀ ਹੈ ਰੇਡ ਕਰਨ ਦੇ ਲਈ ਪਹੁੰਚਦੀ ਹੈ ਪਰ ਜਦੋਂ ਰੇਡ ਦੇ ਦੌਰਾਨ ਰਾਣੇ ਦੇ ਵੱਲੋਂ ਪੁਲਿਸ ਨੂੰ ਦੇਖਿਆ ਜਾਂਦਾ ਤਾਂ ਪੁਲਿਸ ਦੇ ਉੱਪਰ ਉਹ ਗੋਲੀ ਚਲਾ ਕੇ ਉਥੋਂ ਫਰਾਰ ਹੋ ਜਾਂਦਾ ਤਾਂ ਗੋਲੀ ਚਲਾਉਣ ਤੋਂ ਬਾਅਦ ਹੀ ਸੀਸੀਟੀਵੀ ਵੀਡੀਓ ਆ ਉਹ ਸਾਹਮਣੇ ਆਈ ਹੈ ਦੇਖ ਸਕਦੇ ਹੋ ਕਿ ਕਿਵੇਂ ਇਹ ਰਾਣਾ ਮਨਸੂਰਪੁਰਾ ਜਿਹੜਾ ਗਲੀਆਂ ਦੇ ਵਿੱਚ ਭੱਜਦਾ ਦਿਖਾਈ ਦੇ ਰਿਹਾ ਤਾਂ ਇਸ ਦਾ ਜਿਹੜਾ ਇਨਕਾਊਂਟਰ ਆ ਉਹ ਤਾਂ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਪਰ ਇਹ ਵੀਡੀਓ ਆ ਜਿਹੜੀ ਉਹ ਅੱਜ ਬੜੀ ਹੀ ਤੇਜ਼ੀ ਦੇ ਨਾਲ ਉਹ ਐਰ ਲਹੋਰੀ ਹੈ ਤਾਂ ਦੇਖ ਸਕਦੇ ਹੋ ਕਿ ਕਿਵੇਂ ਜਿਹੜਾ ਉਹ ਗਲੀਆਂ ਦੇ ਵਿੱਚ ਭੱਜਦਾ ਹੋਇਆ ਦਿਖਾਈ ਦੇ ਰਿਹਾ ਜਿਹੜੀ ਕਿ ਸੀਸੀਟੀਵੀ ਵੀਡੀਓ ਹੁਣ ਸਾਹਮਣੇ ਆ ਰਹੀ ਹੈ ਤਾਂ ਇਸ ਦਾ ਇਨਕਾਊਂਟਰ ਆ ਜਿਹੜਾ ਉਹ ਕੱਲ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਸੀ ਪਰ ਪਰਸੋਂ ਦੀ ਜੇ ਗੱਲ ਕਰ ਲਈਏ ਪਰਸੋਂ ਤੋਂ ਇਹ طرف فرار ਸੀ ਤਾਂ ਦੋ ਵਿਅਕਤੀ ਦੱਸੇ ਜਾ ਰਹੇ ਨੇ ਜਿਹੜੇ ਇਸ ਸੀਸੀਟੀਵੀ ਦੇ ਵਿੱਚ ਦੋ ਵਿਅਕਤੀ ਨੇ ਦੋ ਨੌਜਵਾਨ ਨੇ ਜਿਹੜੇ ਭੱਜਦੇ ਨਜ਼ਰ ਦਿਖਾਈ ਦੇ ਰਹੇ ਨੇ ਤਾਂ ਜਿਸ ਦੇ ਵਿੱਚ ਇੱਕ ਰਾਣਾ منصورਪੁਰਾ ਤੇ ਇੱਕ ਉਸ ਦਾ ਸਾਥੀ ਆ ਤੇ ਉਸ ਦਾ ਰਾਣਾ منصورਪੁਰ ਦਾ ਦਾ ਕੱਲ ਜਿਹੜਾ ਇਨਕਾਊਂਟਰ ਆ ਉਹ ਪੁਲਿਸ ਦੇ ਵੱਲੋਂ ਕਰ ਦਿੱਤਾ ਗਿਆ ਸੀ ਪਰ ਜਿਹੜੀ ਇਹ ਸੀਸੀਟੀਵੀ ਵੀਡੀਓ ਆ ਉਹ ਅੱਜ ਨਿਕਲ ਕੇ ਸਾਹਮਣੇ ਆ ਰਹੀ ਹੈ ਤਾਂ ਦੇਖ ਸਕਦੇ ਹੋ ਕਿ ਜਦੋਂ ਸ਼ਹੀਦ ਕਾਂਸਟੇਬਲ ਅਮਰਤਪਾਲ ਦੇ ਉੱਪਰ ਗੋਲੀ ਚਲਾਉਣ ਤੋਂ ਬਾਅਦ ਜਦੋਂ ਉਹ ਫਰਾਰ ਹੋਏ ਸੀ ਤਾਂ ਉਸ ਫਰਾਰ ਹੋਣ ਦੀ ਵੀਡੀਓ ਆ ਜਿਹੜੀ ਉਹ ਸਾਹਮਣੇ ਇਹ ਜਿਹੜੀ ਕਿ ਅਸੀਂ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ